ਤੇ ਅੱਬੂ ਹੁਣੀ ਘਰ ਨੂੰ ਚਲ ਗਏ, ਹੁਣੀ ਗਏ ਹੀ ਆ, ਹਜੇ ਵੀ ਘਰ ਨੂੰ ਚਲ ਗਿਆ ਵਾ ਦੁੱਧ ਲੈ ਕੇ। ਤੇ ਦੋਜੀ ਨੇ ਸਾਨੂੰ ਪਤਾ ਘਰ ਆਉਣਾ ਹੁੰਦਾ, ਘਰੋਂ ਦੁੱਧ ਲੈ ਕੇ ਜਾਣਾ ਹੁੰਦਾ ਵਾ, ਤੇ ਉਦੋਂ ਆਪਾਂ ਘਰ ਹੀ ਹੋਈਦਾ ਜੇ ਦੋਜੀ ਹੁੰਦਾ ਵਾ, ਨਹੀਂ ਤਾਂ ਅੱਗੇ ਜਿਹੜਾ ਪਹਿਲਾਂ ਦੋਜੀ ਸੀ ਨਾ ਸਵੇਰੇ ਸਵੇਰੇ ਹੀ ਆ ਜਾਂਦਾ ਸੀਗਾ, ਸਵੇਰੇ ਸਵੇਰੇ ਆ ਕੇ ਨਾ ਦੁੱਧ ਲੈ ਜਾਣਾ ਹੁੰਦਾ ਉਹਨੇ, ਆ ਹੁਣ ਤਾਂ ਦਿਨ ਚੜ੍ਹ ਗਿਆ ਨਾ, ਉਹ ਇਸ ਤੋਂ ਪਹਿਲਾਂ ਹੀ ਆ ਜਾਂਦਾ ਸੀ, ਮਤਲਬ ਹਨੇਰੇ ਹੀ ਆ ਜਾਂਦਾ ਸੀ, ਉਹ ਵੀ ਪਿੰਡ ਦਾ ਹੀ ਦੋਜੀ ਸੀਗਾ। ਤੇ ਆਹ ਜਿਹੜਾ ਹੁਣ ਦੁੱਧ ਲੈ ਕੇ ਜਾਂਦਾ ਇਹ ਵੀ ਪਿੰਡ ਦਾ ਹੀ, ਇਹ ਪਰ ਨਾ ਲੇਟ ਹੁੰਦਾ ਵਾ, ਇਹ ਉਦੋਂ ਆਉਂਦਾ ਜੀ ਰੋਟੀ ਰੋਟੀ ਖਾ ਲਈ ਦੀ ਨਾ, ਅਸੀਂ ਮੁਰਾਬੇ ਜਾਣ ਲੱਗੀ ਦਾ ਉਦੋਂ ਆਉਂਦਾ ਇਹ ਦੁੱਧ ਲੈਣ। ਤੇ ਬਾਕੀ ਉਹ ਉਹਨੇ ਨਾ ਆਲੇ ਦੁਆਲੇ ਪਿੰਡਾਂ 'ਚ ਦੁੱਧ ਇਕੱਠਾ ਕਰਨਾ ਹੁੰਦਾ ਆਪਣੇ ਪਿੰਡ ਵਾਲੇ ਨੇ, ਇਸ ਕਰਕੇ ਫਿਰ ਲੇਟ ਆਉਂਦਾ ਵਾ। ਅਸੀਂ ਉਹਨੂੰ ਕਿਹਾ ਵੀ ਕਈ ਵਾਰੀ ਵੀ ਆ ਗਿਆ ਪਹਿਲਾਂ ਸਾਡੇ ਕੋਲ ਲੈ ਜਾ ਕਰ, ਅਸੀਂ ਧਾਰਾਂ ਸਵੇਰੇ ਹੀ ਗੱਡੀਆਂ ਹੁੰਦੀਆਂ ਵਾ, ਉਹ ਕਹਿੰਦਾ ਨਹੀਂ ਯਾਰ ਪਹਿਲਾਂ ਮੈਂ ਦੂਰੋਂ ਲਿਆਉਣਾ ਹੁੰਦਾ ਵਾ, ਫਿਰ ਆਪਣੇ ਪਿੰਡੋਂ ਇੱਕ ਵਾਰੀ ਇਕੱਠਾ ਕਰਨਾ ਹੁੰਦਾ। ਉਹ ਕਹਿੰਦੇ ਚੱਲ ਠੀਕ ਆ, ਫਿਰ ਟਾਈਮ ਨਾਲ ਆ ਜਾ ਕਰ, ਅਸੀਂ ਮੱਝਾਂ ਲੈਣ ਜਾਣਾ, ਮੱਝਾਂ ਲੈ ਕੇ ਜਾਣਾ ਹੁੰਦਾ ਨਾ ਪੱਠੇ ਪੁੱਠੇ ਲੈਣ। ਤੇ ਉਹ ਕਹਿੰਦਾ ਸੀ ਉਹ ਅੱਗੇ ਉਹ ਤੋਂ ਵੀ ਲੇਟ ਆਉਂਦਾ ਸੀ, ਕਹਿੰਦਾ ਮੈਂ ਚਲੋ ਪਹਿਲਾਂ ਆ ਜਾ ਕਰੂੰਗਾ, ਇਸ ਕਰਕੇ ਨਾ ਹੁਣ ਆਪਣੇ ਵੱਲੋਂ ਜਲਦੀ ਆਉਂਦਾ ਵਾ ਅਤੇ ਸਾਡੇ ਵੱਲੋਂ ਲੇਟ ਆਉਂਦਾ ਵਾ। ਅਤੇ ਬਾਕੀ ਅੱਬੂ ਨੇ ਹੁਣ ਚਲ ਗਈਆਂ ਘਰ ਨੂੰ, ਅਤੇ ਮੈਂ ਹੁਣ ਗੋਹਾ ਲਾ ਦੂੰਗਾ। ਅਤੇ ਬਾਕੀ ਕੱਲ੍ਹ ਪੱਠੇ ਥੋੜ੍ਹੇ ਸੀਗੇ, ਮਤਲਬ ਵੀ ਪਰਸੋਂ ਪੱਠੇ ਥੋੜ੍ਹੇ ਲਿਆਂਦੇ ਸੀਗੇ, ਪਰਸੋਂ ਡੂਬੋ 'ਚ ਲਾਇਆ ਸੀਗਾ, ਪਰਸੋਂ ਅੱਬੂ ਨੇ ਸ਼ਹਿਰ ਜਾਣਾ ਸੀਗਾ ਕੰਮ ਗਈ, ਉਹ ਦਵਾਈ ਲਿਆਉਣੀ ਸੀਗੀ ਜਿਹੜੀ ਕਮਾਦ ਨੂੰ ਪਾਉਣੀ ਸੀਗੀ ਉਹ, ਅਤੇ ਹੋਰ ਸਪਰੇ ਲਿਆਉਣੀ ਸੀ ਖਾਲੇ ਨੂੰ ਕਰਨ ਵਾਲੀ, ਅਤੇ ਬਾਕੀ ਇੱਕ ਬੀਜ ਦਾ ਪੈਕਟ ਮੋੜਨਾ ਸੀਗਾ ਉਹ ਲੱਗਾ ਨਿਕਲਿਆ, ਅਤੇ ਹੋਰ ਇਸ ਕਰਕੇ ਉਦੋਂ ਪੱਠੇ ਘੱਟ ਵੱਢ ਹੋਏ ਆ, ਕਿਉਂਕਿ ਸਵੇਰੇ ਸਵੇਰੇ ਅੱਬੂ ਨੇ ਜਾਣਾ ਸੀ ਨਾ, ਬਾਅਦ 'ਚ ਫਿਰ ਰਸ਼ ਪੈ ਜਾਂਦਾ ਵਾ, ਅਤੇ ਆਹ ਪੱਠੇ ਅੱਜ ਵੱਧ ਗਏ ਆ, ਕੱਲ੍ਹ ਫਿਰ ਪੱਠੇ ਪੂਰੇ ਵੱਢੇ ਸੀ ਨਾ। ਅੱਬੂ ਕਹਿੰਦੇ ਅੱਬੂ ਕੱਲ੍ਹ ਕਹਿੰਦੇ ਸੀ ਪਰਸੋਂ ਪੱਠੇ ਘੱਟ ਗਏ, ਇਸ ਕਰਕੇ ਕੱਲ੍ਹ ਪੱਠੇ ਪੂਰੇ ਵੱਢ ਕੇ ਲਿਆਉਂਦੇ ਆ, ਅਤੇ ਬਾਕੀ ਹੁਣ ਮੈਂ ਗੋਹਾ ਗੋਹਾ ਲੱਦ ਕੇ ਮਿਲਦਾ ਵਾਂ। ਗੋਹਾ ਲਾ ਦਿੱਤਾ ਵਾ ਅਤੇ ਹੁਣ ਆਪਾਂ ਪਾਰਕ ਆ, ਹੁਣ ਬਾਕੀ ਮੁੰਡੇ ਨੂੰ ਪਾਣੀ ਡਾਉਣਾ ਵਾ, ਉਹ ਘਰੋਂ ਆਇਆ ਵਾਂ ਪਹਿਲਾਂ ਆ ਕੇ ਡਾਉਂਦਾ ਵਾਂ, ਅਤੇ ਬਾਕੀ ਆਪਾਂ ਵਿਹਲੇ ਹਾਂ ਹੁਣ, ਮਤਲਬ ਵੀ ਗੋਹੇ ਅਲੋ ਗੋਹਾ ਨਹੀਂ ਲੱਦਣਾ ਪੈਣਾ, ਆ ਗਿਆ ਸਵੇਰੇ ਸਵੇਰੇ ਆ ਗਿਆ ਹਾਰਨ ਮਾਰੀਆਂ ਆਉਂਦੇ ਆ, ਅਤੇ ਬਾਕੀ ਹੁਣ ਪਾਣੀ ਡਾਉਣ ਵਾਲਾ ਰਹਿ ਗਿਆ, ਮਗਰੋਂ ਆ ਕੇ ਡਾ ਦਾਂਗੇ। ਉਹ ਫਿਰ ਜੋ ਪਾਣੀ ਡਾਲਾ ਹੁੰਦਾ ਵਾ ਗੋਹਾ ਲੱਦਣਾ ਹੁੰਦਾ, ਇੱਕ ਵਾਰੀ ਜ਼ਿਆਦਾ ਕੰਮ ਆ ਜਾਂਦਾ, ਫਿਰ ਮੈਂ ਉਹਨਾਂ ਬਲੇਡ ਪਹੁੰਚਦਾ ਵਾਂ, ਜਾਂ ਬੱਠੇ ਥੋੜ੍ਹੇ ਵੱਢ ਹੋਏ ਹੁੰਦੇ ਆ, ਜਾਂ ਫਿਰ ਬਹੁਤੇ ਵੱਢ ਹੁੰਦੇ, ਜੇ ਥੋੜ੍ਹੇ ਵੱਢ ਹੁੰਦੇ ਆ ਫਿਰ ਜਾ ਕੇ ਵੱਢਣੇ ਹੋਰ ਪੈਂਦੇ ਆ, ਇਸ ਕਰਕੇ ਫਿਰ ਧੁੱਪ ਬਹੁਤ ਚੜ ਜਾਂਦੀ ਆ, ਜਦੋਂ ਬਹੁਤੇ ਵੱਢ ਹੋ ਜਾਂਦੇ ਆ ਫਿਰ ਇੰਨਾ ਉਹ ਖਾ ਨਹੀਂ ਹੁੰਦੇ ਹੈਗਾ, ਫਿਰ ਪੇ ਲੈਂਦੇ ਆ, ਉਹ ਫਿਰ ਸੇਕ ਮਾਰ ਜਾਂਦੇ ਆ, ਇਸ ਕਰਕੇ ਨਾ ਫਿਰ ਕੰਮ ਬਰਾਬਰ ਹੀ ਹੋਣਾ ਚਾਹੀਦਾ ਵਾ, ਮਤਲਬ ਕਿ ਹੁਣ ਆਪਾਂ ਟਾਈਮ ਨਾਲ ਆ ਗਏ ਹਾਂ, ਗੋਹਾ ਲਾ ਦਿੱਤਾ ਵਾ, ਅਤੇ ਬਾਕੀ ਆ ਕੇ ਫਿਰ ਪਾਣੀ ਡਾਵਾਂਗੇ ਮੱਝਾਂ ਨੂੰ, ਪਾਣੀ ਪੂਣੀ ਡਾ ਕੇ ਅਤੇ ਫਿਰ ਲੈ ਕੇ ਬਜਾਵਾਂਗੇ ਬਸ ਮੱਝਾਂ ਨਵਾਉਣੀਆਂ ਵੀ ਆ, ਅਤੇ ਕਿਉਂਕਿ ਸਵੇਰੇ ਸਵੇਰੇ ਗੋਹਾ ਲੱਗਾ ਹੁੰਦਾ ਨਾ ਤਾਜ਼ਾ, ਫਿਰ ਪਾਣੀ ਪੂਣੀ ਮਾਰੋ ਨਾ ਫਿਰ ਐਨ ਸਾਫ਼ ਹੋ ਜਾਂਦੀਆਂ ਵਾ, ਅਤੇ ਜਦੋਂ ਫਿਰ ਸ਼ਾਮ ਨੂੰ ਆ ਕੇ ਨਵਾਉਣੀਆਂ ਪੈਂਦੀਆਂ ਨੇ, ਜਦੋਂ ਸਵੇਰੇ ਨਾ ਨਵਾ ਕੇ ਲੈ ਕੇ ਜਾਓ, ਫਿਰ ਐਨ ਬੁਰਸ਼ ਮਾਰ ਮਾਰ ਗੋਹਾ ਲਾਉਣਾ ਪੈਂਦਾ, ਫਿਰ ਟਾਈਮ ਬਹੁਤ ਲੱਗਦਾ ਵਾ, ਜਦੋਂ ਸਵੇਰੇ ਸਵੇਰੇ ਇਹਨੂੰ ਪਾਣੀ ਮਾਰ ਦੂੰਗੇ ਨਾ, ਮਤਲਬ ਵੀ ਮਲਣਾ ਨਹੀਂ ਪੈਂਦਾ, ਪਾਣੀ ਇਕੱਲਾ ਮਾਰ ਦੂੰਗੇ ਐਨ ਗੋਹਾ ਲੱਥ ਜਾਂਦਾ ਸਾਰੇ, ਅਤੇ ਬਾਕੀ ਉਹ ਵੇਖ ਲਓ ਹੁਣ ਮੱਝ ਸਾਰੀ ਲਿਬੜੀ ਪਈ ਹੈ ਨਾ, ਜਦੋਂ ਇਹਨਾਂ ਨੂੰ ਆ ਕੇ ਪਾਣੀ ਮਾਰਨਾ ਜਦੋਂ, ਅਤੇ ਫਿਰ ਐਨ ਗੋਹਾ ਲੱਥ ਜਾਣਾ, ਜਦੋਂ ਇਹ ਨਾ ਇਹਨੂੰ ਨਲਾਇਆ ਸ਼ਾਮ ਨੂੰ ਨਲਾਇਆ ਤਾਂ ਫਿਰ ਗੋਹਾ ਨਹੀਂ ਲੱਥਣਾ ਹੈਗਾ, ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਅਤੇ ਫਿਰ ਆ ਕੇ ਇਹਨੂੰ ਪਾਣੀ ਪੂਣੀ ਡਾ ਕੇ ਮੁਰਾਬੇ ਲੈ ਕੇ ਜਾਂਦੇ। ਪਾਣੀ ਡਾਹਤਾ ਸਾਰੀਆਂ ਨੂੰ, ਹਾਲੇ ਵੀ ਦਿਆ ਹੁਣ ਆ ਗਾਈ ਨੂੰ ਅਤੇ ਵੱਛਾ ਅਤੇ ਵੱਛੀ ਰਹਿ ਗਈ, ਬਾਕੀ ਸਾਰਿਆਂ ਨੂੰ ਟੱਪ 'ਤੇ ਡਾਹਤਾ ਵਾ, ਹਾਲੇ ਵੀ ਪਾਣੀ ਡਾਲਵੇ ਇਹਨਾਂ ਨੂੰ, ਫਿਰ ਚੱਲਦੇ ਮੁਰਾਬੇ, ਬਾਕੀ ਮੈਂ ਹੁਣ ਤਾਂ ਆ ਵੱਛੇ ਦੇ ਨੱਥ ਵਾਲਾ ਰੱਖਾ ਬਾਲਵਾਂ ਵਾ ਪਿਆ, ਬਾਕੀ ਪੱਲੀਆਂ ਪੁੱਲੀਆਂ ਤਾਂ ਬੱਝ ਗਈਆਂ, ਕਿੱਧਰ ਗਈਆਂ ਪੱਲੀਆਂ, ਉਹ ਸਾਰੀ ਰੇਹੜੀ 'ਤੇ ਰੱਖ ਦਿੱਤੀਆਂ ਵਾ, ਅਤੇ ਫਿਰ ਚੱਲਦੇ ਮੁਰਾਬੇ, ਬਾਕੀ ਹਲੇ ਵੀ ਮੱਝਾਂ ਲੈ ਕੇ ਉੱਧਰ ਸੇਮਾਂ ਵੱਲ ਬੰਨਣ, ਨਾਲ ਕਈ ਲਿਆਂਦੀ ਸੀ ਲਈ ਕਹਿੰਦਾ ਗਈ ਨਾ ਗੋਹਾ ਇਕੱਠਾ ਕਰਿਆਉਂਗਾ, ਬਾਕੀ ਫੋੜਾ ਆਪਣੇ ਕੋਲ ਇਹਨਾਂ ਗੋਹਾ ਲਾਉਣਾ ਵਾ, ਅਤੇ ਆਪਾਂ ਸਿੱਧੇ ਹੀ ਆ ਗਏ ਬਾਬੇ ਦੇ ਡੇਰੇ ਕੋਲ, ਅਤੇ ਅੱਗੇ ਜਾ ਕੇ ਨਾ ਫਿਰ ਗੋਹਾ ਗੋਹਾ ਲਾ ਕੇ ਨਾ ਰੇਹੜੀ ਸਾਫ਼ ਕਰਕੇ ਪੱਠੇ ਲਾਦਾਂ, ਆਪੂ ਪੱਠੇ ਵੱਢਣ ਦੇ ਲਾਤਾ, ਉੱਥੇ ਰੇਹੜੀ ਖਿਲਾਰ ਦਿੱਤੀ ਸਾਫ਼ ਕਰਤੀ, ਹੁਣ ਪੱਠੇ ਲਾਦਾਂ, ਬਾਕੀ ਲਈ ਵੀ ਗਿਆ ਮੱਝਾਂ ਬੰਨਣ, ਹਜੇ ਤੱਕ ਨਹੀਂ ਆਇਆ ਕਿਉਂ ਗੋਹਾ ਗੋਹਾ ਇਕੱਠਾ ਕਰਦਾ ਹੋਣਾ, ਅਤੇ ਬਾਕੀ ਲਈ ਵੀ ਆਉਂਦਾ ਵਾ, ਅਤੇ ਫਿਰ ਚੱਲਦੇ ਪਿੰਡ ਨੂੰ, ਤਾਂ ਪੱਠੇ ਲਾਦਾਂ ਕਿੰਨੇ ਕੁ ਲੱਦ ਹੁੰਦੇ ਆ।
ਇਹ ਵੱਢੇ ਗਏ ਅਤੇ ਹੁਣ ਲੱਦ ਵੀ ਹੋ ਗਏ ਆ, ਬਾਕੀ ਇੱਕ ਭਰੀ ਰਹਿ ਗਈ ਆ, ਇਹ ਲੱਦਣ ਤੋਂ ਬਾਅਦ ਫਿਰ ਚੱਲ ਦਿੰਦੇ ਪਿੰਡ, ਜਾ ਕੇ ਪੱਠੇ ਪੱਠੇ ਕੁਤਰਦੇ ਆ ਗਏ ਆ। ਬਾਦਸ਼ਾਹ ਇੱਥੇ ਆ, ਰੇਹੜੀ ਇੱਥੇ, ਹਲੇ ਵੀ ਇੱਥੇ ਆ, ਅਤੇ ਪੱਠੇ ਇੱਥੇ ਆ, ਅਤੇ ਆ ਵੇ ਆ ਰਸਾ ਆ ਗਿਆ ਇੱਥੇ, ਅਤੇ ਬਾਕੀ ਹੁਣ ਪੱਠੇ ਪੱਠੇ ਲਾ ਲਏ ਹਲੇ ਵੀ, ਅਤੇ ਫਿਰ ਆ ਬੱਚਾ ਇਹਨੂੰ ਛੱਡਦਾ ਵਾ, ਪਾਣੀ ਪੂਣੀ ਡਾਹੁੰਦਾ ਇਹਨਾਂ ਸਾਰਿਆਂ ਨੂੰ, ਇਹਨਾਂ ਨੂੰ ਅੰਦਰ ਕਰਦੇ ਹਾਂ, ਪਾਣੀ ਡਾਹੁੰਦ ਬਾਅਦ ਅੰਦਰ ਕਰਨ ਤੋਂ ਬਾਅਦ ਰੇਤੀ ਵੱਜ ਗਈ ਆ, ਅਤੇ ਬਾਕੀ ਹੁਣ ਤਾਂ ਮਿਲਦਾ ਇਹਨਾਂ ਨੂੰ ਅੰਦਰ ਕਰ। ਕੁਤਰ ਹੋ ਗਏ ਹਲੇ ਵੀ, ਲਿਆ ਪੱਠੇ ਲਾਉਣ, ਬਾਕੀ ਜਿਹੜੇ ਸ਼ਾਮ ਨੂੰ ਕੁੱਤਰਨੇ ਆ, ਪਾਣੀ ਬੱਚੇ ਅੱਗੇ ਰੱਖਿਆ ਵਾ, ਕਾਈ ਅੱਗੇ ਰੱਖਿਆ ਪੀਤਾ ਨੇ, ਬਾਕੀ ਮੱਝ ਨੂੰ ਡਾਂਦੇ ਆ ਇਸ ਤੋਂ ਬਾਅਦ, ਅਤੇ ਵੱਛੀ ਵੱਛੀ ਨੂੰ ਡਾ ਕੇ ਫਿਰ ਆਪਾਂ ਵਿਹਲੇ ਹੁੰਦੇ ਆ, ਅਤੇ ਵੈਪਰ ਮਾਰ ਕੇ ਨਾ ਇਹਨਾਂ ਨੂੰ ਅੰਦਰ, ਇਹਨਾਂ ਨੂੰ ਅੰਦਰ ਕਰਕੇ ਫਿਰ ਵੈਪਰ ਮਾਰਦੇ ਹਾਂ, ਰੇਹੜੀ ਬਾਹਰ ਕੱਢਣ ਤੋਂ ਬਾਅਦ ਨਾ ਫਿਰ ਇਹਨਾਂ ਨੂੰ ਅੰਦਰ ਕਰਦੇ ਹਾਂ, ਫਿਰ ਵੈਪਰ ਵੂਪਰ ਮਾਰ ਕੇ ਨਾ ਫਿਰ ਫਾਰਕ ਹੁੰਦੇ। ਅੰਦਰ ਹੋ ਗਏ ਸਾਰੇ, ਸਾਰੇ ਅੰਦਰ ਕਰ ਦਿੱਤੇ, ਅਤੇ ਰੇਹੜੀ ਭਾਈ ਲਿਆ ਵੈਪਰ ਮਾਰਨ, ਆਹ ਢੇਰੀ ਚੱਕ ਕੇ ਪਰਾਂ ਤੋੜ ਦਿੰਦਾ ਵਾ, ਅਤੇ ਫਿਰ ਚੱਲਦੇ ਹਾਂ ਅਸੀਂ ਘਰ ਨੂੰ, ਪੈਰ ਪੂਰ ਧੋ ਕੇ ਪੈਰ ਵੀ ਗੰਦੇ ਹੋਏ, ਅਤੇ ਜਾ ਕੇ ਫਿਰ ਪਾਣੀ ਵੀ ਲੈ ਜਾਣਾ ਸੀ ਨਾਲ, ਪਾਣੀ ਪੂਣੀ ਲਿਆ ਕੇ ਫਿਰ ਆਪਾਂ ਵਿਹਲੇ ਹਾਂ, ਫਿਰ ਬਾਅਦ ਦੁਪਹਿਰ ਨੂੰ ਮੱਧਿਆਂ ਛਾਵੇਂ ਕਰਨੀਆਂ ਵਾ, ਅਤੇ ਬਾਕੀ ਫਿਰ ਹੁਣ ਚੱਲਦੇ ਹਾਂ ਘਰ ਨੂੰ। ਬਾਕੀ ਪਾਣੀ ਦਾ ਕਹਿਣ ਭਰ ਲਿਆ ਵਾ, ਹੁਣ ਚੱਲਾਂ ਅਤੇ ਪਿੰਡ, ਅਤੇ ਬਾਕੀ ਇੱਥੋਂ ਆਪਾਂ ਪੱਠੇ ਵੱਢੀ ਦੇ। ਤੇਲ ਚੜ੍ਹਾਉਂਦੇ ਹਾਂ, ਇੱਕ ਬੋਰਾ ਹੋ ਗਿਆ ਇੱਥੇ ਰੱਖ ਕੇ ਲਿਆ ਕੇ, ਸਵੇਰੇ ਮੈਂ ਲਿਆ ਕੇ ਨਾ ਚਾਦਰਾਂ ਚੁਦਰਾਂ ਦੇ ਗਈਆਂ ਸੀਗੀਆਂ, ਕੱਲ੍ਹ ਆਪਾਂ ਇੱਧਰੋਂ ਚੜਵਾਏ ਸੀਗੇ, ਅੱਜ ਆ ਉਹ ਸਾਹਮਣੇ ਚੜ੍ਹ ਪਏ, ਦੋ ਬੋਰੇ ਹੋਏ, ਕਾਹ ਹੋ ਗਿਆ, ਇੱਕ ਹੋਰ ਰਹਿ ਗਿਆ ਉਹ ਮੈਂ ਚੱਕ ਕੇ ਉਹ ਵੀ ਇੱਥੇ ਲਿਆਵਾਂ, ਫਿਰ ਇਹਨਾਂ ਨੂੰ ਛੱਡ ਜਾਂਦਾ ਪਿੰਡ, ਫਿਰ ਪੱਲੀਆਂ ਪੁੱਲੀਆਂ ਰਹਿ ਨਹੀਂ, ਉਹ ਮੈਂ ਆ ਕੇ ਫਿਰ ਲੈ ਜਾਂਦਾ। ਕਿਹੜੀ ਕੁ ਬੋਰਾ ਹੋਇਆ? ਆ ਇੱਥੋਂ ਪਾਟਾ ਤੇਲ ਬਾਹਰ ਡਿੱਗਣ ਦੇ, ਇਹ ਖੜ੍ਹਾ ਕਰਕੇ ਲੈ ਜਾਂਦਾ, ਇਹਨੂੰ ਪਿਛਲਵੇਂ ਪਾ ਲੈਂਦਾ ਵਾਂ, ਇਹ ਛੱਡਿਆਵਾਂ ਪਿੰਡ, ਅਤੇ ਫਿਰ ਆ ਕੇ ਨਾ ਪੱਲੀਆਂ ਪੁੱਲੀਆਂ ਲੈ ਜਾਂਦਾ। ਤੇਲ ਤੁਲ ਦੇ ਝਾੜੇ ਗਏ, ਉਹ ਥੋੜ੍ਹਾ ਜਿਹਾ ਥਾਂ ਹੀ ਸੀਗਾ, ਇੱਧਰ ਤਾਂ ਉੱਗੇ ਹੀ ਨਹੀਂ ਸੀਗੇ, ਕਨਾਲ ਕੁ ਥਾਂ, ਬਾਕੀ ਹੁਣ ਸਮਾਨ ਹੁਣ ਚੱਕ ਲਿਆ ਸਾਰੇ, ਹੁਣ ਚੱਲ ਜਾਂਦੇ ਪਿੰਡ, ਆਹ ਦੂਜੇ ਬੋਰੇ ਛੱਡੇ ਹੋਏ ਹਾਂ, ਹੁਣ ਆਪਾਂ ਤੇਲਾਂ ਨਾਲ ਵਿਹਲੇ ਹੀ ਹਾਂ, ਬਾਕੀ ਇੱਕ ਵਾਰੀ ਬਾਲਣ ਵਾਲਿਆਂ ਚੜਾ ਲੈਣੇ ਆ, ਉਹਨਾਂ ਨੇ ਬਾਲਣ ਲੈ ਜਾਣਾ, ਇੱਕ ਵਾਰੀ ਫਿਰ ਝਾੜ ਜਾਣਗੇ, ਬਾਕੀ ਜਿਹੜਾ ਇੱਕ ਅੱਧਾ ਬੋਰਾ ਹੋਊਗਾ ਉਹ ਵਿੱਚ ਕੱਢ ਲਾਂਗੇ, ਬਾਕੀ ਹੁਣ ਚੱਲਦਾ ਸੀ ਪਿੰਡ। ਆ ਗਿਆ ਵਾ ਮੱਝਾਂ, ਉਹਦਾ ਉਠਾ ਦਿੱਤਾ ਵਾ, ਬਾਕੀ ਮੱਝ ਅੱਗੇ ਖੜੀ ਸੀ, ਆ ਦੋਵੇਂ ਬੈਠੇ ਸੀ ਬੱਚਾ, ਅਤੇ ਗਾਈਆਂ ਨੂੰ ਉਠਾ ਦਿੱਤਾ ਵਾ, ਬਾਕੀ ਸਵਾ ਕਿਤੇ ਦੇਣ ਦਾ ਟਾਈਮ ਹੋ ਗਿਆ ਵਾ, ਚਲੋ ਜੀ ਮੈਨੂੰ ਕੂਲਰ ਬੰਦ ਕਰ ਲੈਣ, ਦੋਵੇਂ ਇਕੱਠੇ ਬੰਦ ਹੋ ਜਾਣੇ, ਬਾਕੀ ਸਵਾ ਕਿਤੇ ਦੇਣ ਦਾ ਟਾਈਮ ਹੋ ਗਿਆ ਵਾ, ਅਤੇ ਅਲੀ ਭਾਈ ਗਿਆ ਵਾ, ਅਲੀ ਭਾਈ ਤਾਂ ਅੱਬੂ ਗਏ ਜੜ੍ਹਾਂ ਵਾਲੇ, ਅਤੇ ਅੱਬੂ ਤਾਂ ਗਏ ਅਲੀ ਭਾਈ ਜੜ੍ਹਾਂ ਵਾਲੇ ਚੜ੍ਹਾਉਣ, ਕਿਉਂਕਿ ਅਲੀ ਭਾਈ ਨੇ ਜਾਣਾ ਵਾ ਉੱਥੇ ਪਹਿਲਾਂ ਲਾਹੌਰ, ਲਾਹੌਰ ਫਿਰ ਜਾਣਾ ਇਸਲਾਮਾਬਾਦ, ਥੋੜ੍ਹਾ ਜਿਹਾ ਕੰਮ ਆ, ਅਤੇ ਬਾਕੀ ਅੱਬੂ ਨੇ ਜੜ੍ਹਾਂ ਵਾਲੇ ਚੜ੍ਹਾ ਕੇ ਅਲੀ ਭਾਈ ਨੂੰ ਆ ਜਾਣਾ ਵਾ, ਅਤੇ 1 ਵਜੇ ਤਾਂ ਗਏ ਜਦੋਂ ਆਪਾਂ ਗਏ ਨਾ ਤੇਲ ਲੈਣ, ਉਦੋਂ ਤਾਂ ਗਏ ਅੱਬੂ ਚੜ੍ਹਾਉਣ ਅਲੀ ਭਾਈ ਨੂੰ, ਅਤੇ ਦੇਖੋ ਹੁਣ 1 ਵਜੇ ਤਾਂ ਕਰਾਉਂਦੇ, ਸ਼ਾਇਦ ਆਪਣੇ ਆਹ ਮੱਝਾਂ ਮੁੱਝਾਂ ਲਿਆਉਣ 'ਤੇ ਕਰਨਾ, ਮਤਲਬ ਪੱਠੇ ਪੱਠੇ ਪਾ ਕੇ ਮੱਝਾਂ ਲਿਆਉਣ 'ਤੇ ਕਰਾ ਜਾਣਗੇ, ਅਤੇ ਬਾਕੀ 1-2 ਜਿਹੜੇ ਵਲੋਗ ਆ ਅਲੀ ਭਾਈ ਨੇ ਦੇਖਣਾ ਹੈਗਾ, ਬਾਕੀ ਸ਼ਾਮ ਨੂੰ ਅਲੀ ਭਾਈ ਨੂੰ ਮੈਂ ਮੈਸੇਜ ਕਰੂੰਗਾ ਵਟਸਐਪ 'ਤੇ, ਵੀ ਨਾ ਜਿਹੜੀ ਆਹ ਲਾਹੌਰੋਂ ਜਾਂ ਉੱਥੇ ਇਸਲਾਮਾਬਾਦ ਜਾਂਦੇ ਸੀ, ਵੀਡੀਓ ਵੀਡੀਓ ਬਣਾ ਕੇ ਭੇਜ, ਜੇ ਤਾਂ ਭੇਜਤੀਆਂ ਫਿਰ ਅਗਲੇ ਵਲੋਗ 'ਚ ਪਾ ਦਾਂਗਾ, ਅਤੇ ਬਾਕੀ ਹੁਣ ਦੇਖਦੇ ਹਾਂ ਕੀ ਸੂਰਤ ਹਾਲ ਬਣਦੀ ਹੈ, ਇਹਨਾਂ ਨੂੰ ਆਗ ਬਾਹਰ ਕੱਢਦਾ, ਕਿਉਂਕਿ ਇਹ ਧੁੱਪ ਬਹੁਤ, ਇਹਨਾਂ ਨੂੰ ਤਾਂ ਠਾਲਿਆ ਗੋਹਾ ਗੋਹਾ ਕਰ ਲੈਣ, ਗਾਈ ਗਾਣ ਲੱਗੀ ਹੈ, ਅਤੇ ਬਾਕੀ ਹੁਣ ਮੈਂ ਜਾ ਕੇ ਪਹਿਲਾਂ ਮੱਝਾਂ ਛੱਡ ਲਿਆ ਵਾਂ, ਮੱਝਾਂ ਲਿਆ ਕੇ ਇਹਨਾਂ ਨੂੰ ਆਣੂ ਬੋਲਵਾਂ ਮੱਝਾਂ ਨੂੰ, ਅਤੇ ਉਹ ਤੋਂ ਬਾਅਦ ਫਿਰ ਪੱਠੇ ਪਾਉਂਦੇ ਹਾਂ, ਕਿਉਂਕਿ ਪੱਠੇ ਆ ਸਵੇਰ ਦੇ ਵੀ, ਕੱਲ੍ਹ ਵਾਲੇ ਬਹੁਤ ਪਏ ਪੱਠੇ ਫੁੱਲੀ ਦੇ ਵਿੱਚ, ਬਾਕੀ ਆਹ ਕੁਤਰੇ ਪਏ ਬਾਲਟੀ ਵੱਛੀ ਨੇ ਥਿਰੇ ਸੁੱਟ ਦਿੱਤੀ ਹੈ, ਅਤੇ ਬਾਕੀ ਹੁਣ ਮੈਂ ਚੱਲਦਾ ਮੱਝਾਂ ਲਿਆਵਾਂ, ਮੱਝਾਂ ਲਿਆ ਕੇ ਉਹਨਾਂ ਨੂੰ ਆਉਂਦਾ ਵਾਂ, ਅਤੇ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਬਾਹਰ ਕੱਢਦਾ ਵਾਂ, ਉਹ ਤੋਂ ਬਾਅਦ ਫਿਰ ਪੱਠੇ ਪੱਠੇ ਪਾ ਕੇ ਫਿਰ ਪਾ ਹੁੰਦੇ ਆ, ਪਹੁੰਚ ਗਿਆ ਵਾਂ, ਅਤੇ ਮੋਟਰਸਾਈਕਲ ਉਹ ਸਾਹਮਣੇ ਖਿਲਾ ਰਿਹਾ ਵਾਂ, ਕਿੱਧਰ ਗਿਆ ਮੋਟਰਸਾਈਕਲ ਨੂੰ ਆਪ ਨਹੀਂ ਦਿਖਾਉਂਦੇ, ਉਹ ਥੋੜ੍ਹਾ ਥੋੜ੍ਹਾ ਦਿਖਾਉਂਦੇ ਆ,
ਬਾਕੀ ਉੱਥੇ ਤਾਂ ਖਿਲਾ ਰਹੇ ਅੱਗੇ ਸੇਮਾਂ ਗਿੱਲੀਆਂ ਵਾ, ਅਤੇ ਉਹ ਵੱਟ ਥਾਣੀ ਮੋਟਰ ਲੰਘਾਉਣਾ ਔਖਾ ਹੋ ਜਾਂਦਾ, ਵੱਟ ਥਾਣੀ ਮੋਟਰ ਲੰਘਦੇ ਜਾਂਦਾ ਵਾ, ਆ ਜਿਹੜੀਆਂ ਸੇਮਾਂ ਗਿੱਲੀਆਂ ਨਾ ਮੱਝਾਂ ਦੇ ਵਿੱਚ ਬਹਿਣੀਆਂ, ਇਸ ਕਰਕੇ ਨਾ ਮੈਂ ਫਿਰ ਮੋਟਰਸਾਈਕਲ ਹਾਰ ਗਿਆ, ਕਿਉਂਕਿ ਮੱਝਾਂ ਦੇ ਮਗਰ ਮਗਰ ਜਾਣਾ ਹੁੰਦਾ ਵਾ, ਫਿਰ ਉਹ ਮੋਟਰਸਾਈਕਲ ਇੱਦਾਂ ਨਾਲ ਨਹੀਂ ਜਾਣਾ ਹੈਗਾ, ਪਾਣੀ ਦੇ ਵਿੱਚ ਵੜਨਾ ਪੈ ਜਾਣਾ ਹੈਗਾ। ਬਾਕੀ ਹੁਣ ਦੇਖਣਾ ਕੀ ਸੂਰਤ ਹਾਲ ਬਣਦੀ, ਇਹਨਾਂ ਨੂੰ ਠਾਲ ਠੋਲ ਦਿੱਤਾ ਵਾ, ਅਤੇ ਹੁਣ ਇਹਨਾਂ ਨੂੰ ਲੈ ਕੇ ਚੱਲਣਾ ਪਿੰਡ, ਅਤੇ ਜਾ ਕੇ ਇਹਨਾਂ ਨੂੰ ਨਵਾਉਂਦਾ ਵਾ ਲਿਬੜ ਗਈਆਂ ਵਾ, ਮੱਝਾਂ ਬੰਨ ਦਿੱਤੀਆਂ ਵਾ, ਕੱਟਾ ਕੁੱਟੇ ਸਾਰੇ ਇੱਥੇ ਆ ਗਏ, ਬਾਕੀ ਜਿਹੜੇ ਅੰਦਰਲੇ ਆ ਬਾਅਦ 'ਚੋਂ ਕੱਢਾਂਗੇ, ਇਹਨਾਂ ਨੂੰ ਨਵਾ ਲਈ ਪਹਿਲਾਂ, ਅਤੇ ਨਵਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਦੇ ਹਾਂ, ਬਾਕੀ ਗਰਮੀ ਬੜੀ ਪਸੀਨਾ ਆ ਗਿਆ, ਇਹਨਾਂ ਨੂੰ ਨਵਾ ਕੇ ਮੈਂ ਫਾਰਗ ਹੁੰਦਾ। ਬਾਕੀ ਮੱਝਾਂ ਮੱਝਾਂ ਨਵਾਤੀਆਂ ਵਾ ਜਿਹੜੀਆਂ ਲਿਆਈਆਂ ਸੀ ਮੁਰੱਬੇ ਨਹਾਤੇ ਸੀਗੀਆਂ, ਬਾਕੀ ਗਈਆਂ ਤਾਂ ਪਿੱਛੇ ਬਾਹਰ ਕੱਢ ਦਿੱਤੇ, ਬਾਕੀ ਆ ਮੱਝ ਅੰਦਰ ਹੀ ਆ, ਇਹਨੂੰ ਹੁਣ ਬਾਹਰ ਕੱਢਦਾ ਮੈਂ, ਕਿਹਾ ਨਵਾ ਦਿੰਦਾ ਬਾਹਰ ਕੱਢ ਕੇ ਇਹਨੂੰ, ਅਤੇ ਉਹ ਤੋਂ ਬਾਅਦ ਫਿਰ ਆ ਜਾਣੇ ਆਹ ਬਾਲਟੀ ਵਾਲੇ, ਇਹਨਾਂ ਨੂੰ ਫਿਰ ਬਾਅਦ 'ਚ ਪਾਣੀ ਡਾਲਦਾ ਬਾਲਟੀ 'ਚ, ਪਹਿਲਾਂ ਮੱਝਾਂ ਮੱਝਾਂ ਨਵਾ ਕੇ ਫਾਰਗ ਹੁੰਦਾ ਵਾ, ਅਤੇ ਮਗਰ ਆਹ ਹੀ ਮੱਝ ਰਹਿ ਗਈ, ਬਾਕੀ ਸਾਰੇ ਨਵਾ ਹੋ ਗਏ, ਇਹਨੂੰ ਨਵਾਉਣਾ ਅਤੇ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਪਾਣੀ ਡਾਲ ਕੇ ਪੱਠੇ ਪੁੱਠੇ ਪਾ ਕੇ ਫਾਰਗ ਹੁੰਦਾ ਵਾ, ਅਤੇ ਬਾਕੀ ਹਜੇ ਬੂਹਣਾ ਦਾ ਪਤਾ ਨਹੀਂ ਆਇਆ ਕਿ ਨਹੀਂ ਉਹਨਾਂ ਦਾ, ਬਾਕੀ ਫੋਨ ਕਰਕੇ ਦੱਸ ਦੇਣਗੇ ਜੀ ਉਹਨਾਂ ਨੇ ਕਦੋਂ ਕਿਤੇ ਕਰਾਉਣਾ ਵਾ, ਬਾਕੀ ਇਹਨੂੰ ਫਿਰ ਬਾਹਰ ਕੱਢ ਦਿੰਦਾ ਹੁਣ ਨਵਾਉਣਾ ਫਿਰ। ਅੱਜ ਕੱਢ ਕੇ ਨਵਾਤੀ ਉਹ ਵੀ ਸਾਰੀਆਂ ਨਵਾਤੀਆਂ ਵਾ, ਬਾਕੀ ਅੰਦਰ ਗੋਹਾ ਰਹਿ ਗਿਆ ਬਾਅਦ 'ਚ ਚੱਕਾਂਗੇ, ਪਹਿਲਾਂ ਉਹਨਾਂ ਨੂੰ ਪਾਣੀ ਡਾ ਕੇ ਨਾ, ਜਿਹੜੇ ਵੱਛਾ ਵੱਛੀ ਅਤੇ ਗਾਂ ਹੀ ਰਹਿ ਗਈ ਤਿੰਨ ਜਾਣੇ, ਇਹਨਾਂ ਨੂੰ ਪਹਿਲਾਂ ਪਾਣੀ ਡਾ ਦਈਏ, ਪਾਣੀ ਡਾਉਣ ਤੋਂ ਬਾਅਦ ਫਿਰ ਪੱਠੇ ਪਾਉਂਦੇ ਹਾਂ, ਬਾਕੀ ਬਾਲਟੀ ਆਹ ਸੁੱਟ ਦਿੱਤੀ ਸੀ ਵੱਛੀ ਨੇ, ਇਹਨਾਂ ਨੂੰ ਪਾਣੀ ਡਾ ਕੇ ਨਾ ਫਾਰਗ ਹੋਵਾਂ। ਤਾਂ ਮੰਮੀ ਨਹੀਂ ਤੇਰੀ ਮਰਜ਼ੀ, ਲੈ ਵੀ ਤੂੰ ਪੀ ਲਾ, ਲੈ ਵੀ ਪੀ ਲਾ, ਪੀ ਲਾ ਪੀ ਲਾ ਪੀ ਲਾ ਪੀ ਲਾ ਪੀ ਲਾ। ਪਾਣੀ ਦਾ ਡਾਹ ਹੋ ਗਿਆ, ਹੁਣ ਆਪਾਂ ਹੋ ਗਏ ਹਾਂ ਫਾਰਗ ਪਾਣੀ ਵੱਲੋਂ, ਉੱਦਾਂ ਹਜੇ ਪੱਠੇ ਪਾਉਣ ਵਾਲੇ ਪਏ, ਪੱਠੇ ਪਾ ਕੇ ਇਹ ਚੱਕਦਿਆਂ ਗੋਇਆ, ਪੱਠੇ ਪਾ ਕੇ ਮੈਂ ਫਾਰਗ ਹੋਵਾਂ, ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਪੱਠੇ ਕਿੱਦਾਂ ਪਾਉਂਦੇ ਆ, ਕਿਉਂਕਿ ਮੈਂ ਸ਼ਹਿਰ 'ਚ ਲੈਣਾ ਹੁੰਦਾ ਵਾ, ਪੱਠੇ ਵਾਲੀ ਬਈ ਪਾਉਂਦਾ ਹੁੰਦਾ, ਹਾਲੀ ਮੈਨੂੰ ਪਤਾ ਕਿੰਨੇ ਕੈਸਾ ਹੁਣ ਪਾਉਣੇ ਆ, ਉਹ ਵੀ ਅੱਜ ਇੱਥੇ ਹੈ ਨੀਗਾ, ਚਲੋ ਹੁਣ ਦੇਖਦੇ ਹਾਂ ਕੀ ਹਿਸਾਬ ਤਾਬ ਬਣਦਾ, ਮੈਂ ਕਿਤੇ ਇਹ ਨਾ ਟੋਕੇ ਭਾਰ ਭਾਰ ਪਾਦਾ, ਇਹ ਕੁਛ ਇੰਨਾ ਕੁ ਮੁੱਕਣ ਨਾ, ਉਹ ਤੋਂ ਪੱਠੇ ਸੇਕ ਮਾਰ ਜਾਣਾ ਬੁਣ, ਬਾਅਦ 'ਚ ਮੈਨੂੰ ਬੋਲਣਾ ਆ ਕੇ ਪੱਠੇ ਜ਼ਿਆਦਾ ਪਾਤੇ, ਇਸ ਕਰਕੇ ਥੋੜ੍ਹੇ ਪਾ ਦਿੰਦੇ ਹਾਂ, ਦੋ ਇੱਕ ਵਾਰੀ ਵੱਧ ਪਾ ਦਾਂਗੇ ਪਰ ਪੱਠੇ ਥੋੜ੍ਹੇ ਪਾਉਂਦੇ ਹਾਂ, ਅਤੇ ਆ ਜਿਹੜੇ ਹੈਗੇ ਨੇ ਇਹ ਇਕੱਠੇ ਕਰਦਾ, ਇਹਨਾਂ ਦੇ ਗੇਟ ਖੁੱਲੀਆਂ 'ਚ ਪਏ ਹਨ, ਖੁੱਲੀਆਂ 'ਚ ਪੱਠੇ ਬਹੁਤ ਪਏ ਆ, ਅਤੇ ਇਹ ਇਕੱਠੇ ਕਰਕੇ ਨਾ ਇਹਨਾਂ ਦੇ ਵਿੱਚ ਰਲਾਉਂਦਾ ਵਾਂ, ਕਿਉਂਕਿ ਫਿਰ ਪੱਠੇ ਖਾ ਲੈਣਗੀਆਂ ਇਹ, ਜੇ ਮੈਂ ਇੱਦੀ ਥੋੜ੍ਹ ਦੇਰ ਉੱਤੇ ਤਾਂ ਆਹ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਖੁੱਲੀਆਂ ਪਏ ਪਏ ਰਹਿਣੇ ਆ, ਬਾਕੀ ਹੁਣ ਪੱਠੇ ਪਾ ਕੇ ਮਿਲਦੇ ਸਾਰਿਆਂ ਨੂੰ, ਪੱਠੇ ਪੁੱਠੇ ਪਾਤੇ ਆ, ਖੁੱਲੀਆਂ ਭਰ ਗਈਆਂ ਵਾਂ, ਕਿਉਂਕਿ ਪਹਿਲਾਂ ਹੀ ਪੱਠੇ ਇਹਨਾਂ ਦੇ ਅੱਗੇ ਹੈਗੇ ਸੀਗੇ, ਬਾਕੀ ਵੈਪਰ ਮਾਰਤਾ ਗੋਹਾ ਗੋਹਾ ਚੱਕ ਦਿੱਤਾ ਵਾ, ਬਾਕੀ ਹੁਣ ਚੱਲਦਾ ਘਰ ਨੂੰ, ਪੈਰ ਪੂਰ ਧੋਲਵਾਂ, ਪੈਰ ਗੰਦੇ ਹੋ ਗਏ, ਗੋਹੇ ਲੱਗ ਗਿਆ ਵਾ, ਅਤੇ ਬਾਕੀ ਅਲੀਬੇ ਦਾ ਫੋਨ ਆ ਗਿਆ ਸੀ, ਅਲੀਬੇ ਕਹਿੰਦਾ ਮੈਂ ਪਹੁੰਚ ਗਿਆ ਲਾਹੌਰ, ਅਤੇ ਬਾਕੀ ਪਤਾ ਨਹੀਂ ਕਿੰਨੇ ਵਜੇ ਅੱਗੇ ਬਾਅਦ 'ਚ ਫਿਰ ਟਿਕਟ ਕਰਾਈਏ, ਫਿਰ ਜਾਣਾ ਇਹਨਾਂ ਨੇ ਇੱਥੇ ਇਸਲਾਮਾਬਾਦ, ਅਤੇ ਬਾਕੀ ਸ਼ਾਮੀ ਪਲਾਨ ਬਣਿਆ ਸੀ ਇਹਨਾਂ ਦਾ ਜਾਣ ਦਾ, ਅਤੇ ਬਾਕੀ ਫਿਰ ਸ਼ਾਮੀ ਫਿਰ ਅਲੀਬੇ ਨੇ ਟਿਕਟ ਬੁੱਕ ਕਰਾਈ ਆ ਦੂਜੀ ਆਹ ਇਹਦੀ ਡੈਵੋ ਦੀ, ਅਤੇ ਪਤਾ ਨਹੀਂ ਕਿੰਨੇ ਵਜੇ ਜਾਣਾ ਸੀਗਾ, ਇੱਕ ਇੱਕ ਵਜੇ ਗਏ ਸੀ, ਮੈਂ ਇਹ ਵੀ ਨਹੀਂ ਪੁੱਛਿਆ ਹੈਗਾ, ਕਿਉਂਕਿ ਮੇਰੇ ਆਪਣੀ ਨੜ ਵੀ ਆਈ ਪਈ ਸੀ, ਮੈਂ ਉੱਧਰ ਤੇਲ ਲੈਣ ਲੈਣ ਤੇਲ ਲੈ ਕੇ ਆਇਆ, ਫਿਰ ਉਸ ਤੋਂ ਬਾਅਦ ਜਦੋਂ ਮੈਂ ਆਇਆ ਉਦੋਂ ਅਲੀਬੇ ਨੂੰ ਚਲੇ ਗਏ ਸੀਗੇ, ਅਤੇ ਨਾ ਹੀ ਫਿਰ ਮੈਂ ਸਵੇਰ ਦਾ ਪੁੱਛਿਆ ਵੀ ਕਿੰਨੇ ਵਜੇ ਟਿਕਟ ਆ ਕਿੰਨੇ ਵਜੇ ਨਹੀਂ, ਕਿਉਂਕਿ ਮੈਂ ਆਪਣੇ ਕੰਮਾਂ ਮਸਰੂਫ ਸੀ, ਅਲੀ ਬਈ ਉਹ ਪਹਿਲਾਂ ਚਲੇ ਗਿਆ ਅਤੇ ਹਵਾਮ 'ਚ ਉੱਥੇ ਸ਼ੇਵ ਸ਼ੂ ਕਰਾਉਣ ਚਲੇ ਗਿਆ, ਉਸ ਤੋਂ ਬਾਅਦ ਫਿਰ ਮੈਂ ਗਿਆ ਹੋ ਗਿਆ ਮਰੱਬੇ ਉੱਥੇ, ਤੁਹਾਨੂੰ ਪਤਾ ਤੇਲ ਤੁਲ ਕਿਤੇ, ਅਤੇ ਉਸ ਤੋਂ ਬਾਅਦ ਮੱਝਾਂ ਦੇ ਬੁਣੇ ਸ਼ਾਮ ਕਰਨ ਚਲੇ ਗਏ ਸੀਗੇ, ਮੈਂ ਗਿਆ ਨਹੀਂ, ਮੈਂ ਰੋਟੀ ਰੋਟੀ ਖਾ ਕੇ ਫਿਰ ਪੈ ਗਿਆ ਸੀਗਾ, ਅਤੇ ਉਸ ਤੋਂ ਬਾਅਦ ਫਿਰ ਦੁਪਹਿਰੇ ਮੈਂ ਤੇਲ ਲੈ ਗਿਆ, ਅਤੇ ਅਲੀ ਬਈ ਕਹਿਣ ਦਿਆ ਸੀ ਪਤਾ ਨਹੀਂ, ਹਾਂ 4 ਵਜੇ ਤਾਂ ਸੱਤੀ ਕਹਿੰਦਾ ਸੀ ਕਿ ਆ ਗਿਆ, 4 ਵਜੇ ਕਹਿੰਦਾ ਸੀ ਟਿਕਟ ਕਰਾਈ, 4 ਵਜੇ ਨਾ ਉੱਥੇ 10 ਵਜੇ ਬਹਿਣਾ ਵਾ, ਅਤੇ ਬਾਕੀ ਫਿਰ 2 ਜਣੇ ਗਏ ਆ, ਅਤੇ ਦੂਏ ਬੰਦੇ ਦਾ ਮੈਂ ਦੱਸ ਨਹੀਂ ਸਕਦਾ ਕੌਣ ਗਿਆ ਵਾ, ਅਤੇ ਬਾਕੀ ਅਲੀ ਬਈ ਨੂੰ ਫੋਨ ਆਇਆ ਸੀ ਅਲੀ ਬਈ ਕਹਿੰਦਾ ਪਹੁੰਚ ਗਿਆ, ਅਤੇ ਮੈਂ ਕਿਹਾ ਯਾਰ ਉਹ ਵੀਡੀਓ ਬਣਾ ਕੇ ਭੇਜੀ, ਕਹਿੰਦਾ ਠੀਕ ਮੈਂ ਭੇਜ ਦਿੰਦਾ, ਅਤੇ ਮੈਂ ਕਿਹਾ ਇਹ ਨਾ ਹੋਵੇ ਇੱਦਾਂ ਇੰਝ ਬਣਾ ਕੇ ਭੇਜੀ, ਇੰਝ ਨਾ ਭੇਜੀ, ਮੈਂ ਕਿਹਾ
ਇੰਝ ਭੇਜੀ ਕਹਿੰਦਾ ਠੀਕ ਆ। ਮੈਂ ਕਿਹਾ ਵੈਸੇ ਤਾਂ ਲੰਮਾ ਬਾਗ ਭੇਜੀ ਵਾਲੀ ਭੇਜਣਾ, ਜਦੋਂ ਮੈਂ ਕਹਾਂ ਵਲੋਗ ਦਾ ਸੀਨ ਸ਼ੂਟ ਕਰਦੇ ਉਹਨੇ ਇੰਝ ਕਰ ਦੇਣਾ ਹੁੰਦਾ। ਮੈਂ ਕਿਹਾ ਇੰਝ ਨਾ ਤੂੰ ਇੱਦਾਂ ਕਰਕੇ ਭੇਜੀ, ਕਹਿੰਦਾ ਚੱਲ ਠੀਕ ਆ। ਮੈਂ ਕਿਹਾ ਭਾਈ ਆਪਣੀ ਸ਼ਕਲ ਵੀ ਵਿੱਚ ਲਿਆਈ ਨਾ, ਫਿਰ ਮੈਂ ਕਿਹਾ ਲੋਕ ਕਹਿਣ ਵੀ ਗਿਆ ਹੈ ਨੀ ਗਾ, ਐਵੇਂ ਝੂਠ ਮਾਰ ਜਾਂਦੇ। ਕਹਿੰਦਾ ਨਹੀਂ ਠੀਕ ਆ, ਵੀਡੀਓ ਭੇਜੂੰਗਾ। ਮੈਂ ਕਿਹਾ ਇਸਲਾਮਾਬਾਦ ਜਾਊਂਗਾ ਨਾ, ਉਹਦੀ ਡੈਵੋ ਦੀ ਭੇਜੀ। ਕਹਿੰਦਾ ਦੇਖਦਾ ਉਹ ਵੀ ਭੇਜ ਦੂੰਗਾ। ਮੈਂ ਕਿਹਾ ਚੱਲ ਠੀਕ ਆ, ਅਤੇ ਬਾਕੀ ਹੁਣ ਮੈਂ ਚੱਲਣਾ ਘਰ ਨੂੰ, ਜਾ ਕੇ ਦੇਖਦਾ ਕੋਈ ਖਾਣ ਪੀਣ ਦਾ ਇੰਤਜ਼ਾਮ ਹੈਗਾ ਜਾਂ ਖਾਂਦਾ ਵਾ। ਖਾ ਕੇ ਆ ਕੇ ਨਾ ਫਿਰ ਇਹਨੇ ਧਰਮ ਧੁਆ ਕੱਢਦੇ ਹਾਂ, ਦੇਖਦੇ ਹਾਂ ਬੂ ਆਏ ਕਿ ਨਹੀਂ ਹਜੇ ਤੱਕ। ਬਾਕੀ ਆ ਤਾਂ ਗਏ ਹੋਣੇ ਹਾਲੇ, ਵੀ ਉੱਥੇ ਪਹੁੰਚ ਗਏ ਤਾਂ ਬੂਹੇ ਜਗ੍ਹਾ ਇੱਥੇ ਨਾ ਪਹੁੰਚਣਗੇ, ਜੇ ਨਹੀਂ ਆਏ ਤਾਂ ਫਿਰ ਫੋਨ ਕਰਕੇ ਪੁੱਛਦੇ ਕਿੱਥੇ ਵਾ। ਆ ਗਏ ਹੁਣ ਲੱਗਾ ਧਾਰਾਂ ਕੱਢਣ, ਬਾਕੀ ਧਾਰਾਂ ਧੁਰਾਂ ਕੱਢ ਕੇ ਮਿਲ ਜੂ। ਧਾਰਾਂ ਧੁਰਾਂ ਨਿਕਲ ਗਈਆਂ ਵਾ, ਪੱਠੇ ਅੱਬੂ ਪਾ ਗਏ ਆ, ਉਹ ਪੱਠੇ ਸ਼ਾਮ ਨੂੰ ਕੁਤਰਾਂਗੇ, ਅਤੇ ਬਾਕੀ ਹੁਣ ਆਪਾਂ ਵਿਹਲੇ ਹਾਂ। ਜਾ ਕੇ ਹੁਣ ਦੇਖਦੇ ਕਿ ਦੋ ਚਾਰ ਬੰਦੀ ਵਲੋਗ ਅਪਲੋਡ ਕਰਨਾ ਜੀ, ਬਲਕਿ ਰਾਤ ਦਾ ਅਪਲੋਡ ਕੀਤਾ ਵਲੋਗ ਜਿਹੜਾ ਅੱਜ ਹੋਣਾ ਨਾ ਵਲੋਗ, ਮਤਲਬ ਕੱਲ੍ਹ ਵਾਲਾ ਵਲੋਗ ਜਿਹੜਾ ਬਣਾਇਆ ਸੀਗਾ ਉਹ ਅੱਜ ਅਪਲੋਡ ਕਰਨਾ। ਉਹ ਅਪਲੋਡ ਤਾਂ ਮੈਂ ਰਾਤੀ ਕਰਤਾ ਸੀ ਬਾਗ ਪਬਲਿਸ਼ ਹੁਣ ਕਰਨਾ ਜਾ ਕੇ, ਅਤੇ ਮੈਂ ਕਹਿੰਦਾ 5 ਜਾਂ 6 ਵਜੇ ਕਰਦਾ ਵਾ, ਕਿਉਂਕਿ ਉਸ ਟਾਈਮ ਆਓ ਆਮ ਇਕੱਠੀ ਹੋਈ ਹੁੰਦੀ ਇਸ ਕਰਕੇ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਜਾ ਕੇ ਫਿਰ ਦੇਖਦਾ ਕੀ ਸੂਰਤ ਹਾਲ ਬਣਦੀ ਆ, ਫਿਰ ਸ਼ਾਮ ਨੂੰ ਆਪੂ ਪਾਣੀ ਡਾਲਾਂਗੇ ਜਾ ਕੇ, ਜੇ ਪੱਠੇ ਕੁੱਤਰੇ ਹੋਏ ਫਿਰ ਕੁੱਤਰ ਕੇ ਪੱਠੇ ਪਾ ਜਾਵਾਂਗੇ ਆਪਾਂ ਆ ਕੇ। ਅਤੇ ਬਾਕੀ ਜੇ ਭੈਣ ਹੁਣ ਵੀਡੀਓ ਕਲਿੱਪਾਂ ਭੇਜਤੀਆਂ ਫਿਰ ਮੈਂ ਵਿੱਚ ਪਾ ਦੂੰਗਾ, ਨਹੀਂ ਤਾਂ ਫਿਰ ਅਗਲੇ 'ਚ ਪਾ ਦੂੰਗਾ ਅਗਲੇ ਵਲੋਗ 'ਚ। ਉਦੋਂ ਕੋਸ਼ਿਸ਼ ਪੂਰੀ ਕਰੂੰਗਾ ਵੀ ਐਸ ਵਲੋਗ ਹੀ ਪਾਵਾਂ, ਬਾਕੀ ਹੁਣ ਮੈਂ ਚੱਲਦਾ ਘਰ ਨੂੰ। ਢਿੱਲੀ ਆ ਗਿਆ, ਪੱਠੇ ਅੱਬੂ ਪਾ ਗਏ, ਆਹ ਪੱਠੇ ਇਕੱਠੇ ਕਰ ਦਿੰਦਾ ਅਤੇ ਪੱਠੇ ਹੁਣ ਕੁਤਰ ਦੇਵਾਂ, ਪੱਠੇ ਕੁਤਰ ਕੇ ਅਤੇ ਫਿਰ ਵਿਹਲਾ ਹੁੰਦਾ ਵਾ। ਪਾਣੀ ਡਾ ਗਿਆ ਅੱਬੂ, ਪੱਠੇ ਵੀ ਪਾ ਗਏ। ਅੱਬੂ ਕਹਿੰਦੇ ਹੁਣ ਜਾ ਕੇ ਪੱਠੇ ਕੁਤਰੇ, ਮੈਂ ਰੋਟੀ ਖਾਣ ਲੱਗ ਗਿਆ ਸੀਗਾ। ਮੈਂ ਉਗਣ ਕੇ ਮੈਂ ਕਿਹਾ ਵੀ ਰੋਟੀ ਖਾ ਕੇ ਚੱਲਦਾ, ਜਾ ਕੇ ਪੱਠੇ ਪਾਊਂਗਾ। ਅੱਬੂ ਕਹਿੰਦੇ ਚੱਲ ਠੀਕ ਆ, ਅਤੇ ਪੱਠੇ ਪਾਇਆਊਂਗਾ। ਅੱਬੂ ਕਹਿੰਦੇ ਚੱਲ ਪੱਠੇ ਫਿਰ ਮੈਂ ਪਾ ਦੂੰਗਾ, ਤੂੰ ਆ ਕੇ ਪੱਠੇ ਕੁਤਰ ਦੀ। ਅਤੇ ਪੱਠੇ ਇਕੱਲੇ ਬੰਦੇ ਕੁਤਰਨੇ ਔਖੇ ਹੁੰਦੇ ਉੱਦਾਂ, ਅਤੇ ਉੱਧਰੋਂ ਫਿਰ ਪੱਠੇ ਪਾਉਂਦੇ ਵੀ ਹੋਰ ਲੱਗ ਜਾਂਦਾ ਬੰਦੇ ਦਾ, ਅਤੇ ਫਿਰ ਇਸ ਕਰਕੇ ਪੱਠੇ ਵੀਂਗੇ ਬਹੁਤ। ਹੁਣ ਪੱਠੇ ਪੁੱਠੇ ਕੁਤਰ ਕੇ ਮਿਲਦਾ, ਪੱਠੇ ਕੁਤਰ ਦਿੱਤੇ ਅਤੇ ਅੱਧੀ ਕੁ ਭਰੀ ਹੋਣੀ ਬਈ। ਅਤੇ ਬਾਕੀ ਹੁਣ ਦੇਖ ਲੈਂਦੇ ਕੀ ਸੂਰਤ ਹਾਲ ਬਣਦੀ ਆ। ਹੁਣ ਮੈਂ ਚੱਲਦਾ ਘਰ ਨੂੰ, ਜਾ ਕੇ ਨਾ ਨੂੰ ਕੱਪੜੇ ਬਦਲਵਾਂ, ਰੋਟੀ 'ਤੇ ਖਾਇਆ ਵਾਂ, ਨਹਾ ਕੇ ਚਾਹ ਫਿਰ ਪੀਣੀ ਬਾਅਦ 'ਚੋਂ। ਅਤੇ ਬਾਕੀ ਵਲੋਗ ਦਾ ਇੱਥੇ ਕਰਦੇ ਹਨ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਸਬਸਕ੍ਰਾਈਬ ਕਰ ਦਿਆ ਕਰੋ। ਅਤੇ ਬਾਕੀ ਆਹ ਬੱਤੀ ਲਾ ਦਿੰਦਾ, ਆਹ ਬੰਦ ਕਰ ਦੇਣੀ ਬਾਹਰਲੀ, ਕਿਉਂਕਿ ਇੱਥੇ ਆਹ ਭੱਬੂ ਜਿਹੇ ਵਾਹ ਵੀ ਹੋ ਜਾਂਦੇ ਹਨ, ਫਿਰ ਮੰਜਾ ਇੱਥੇ ਡਾਉਣਾ ਹੁੰਦਾ, ਉਹ ਇੱਥੇ ਬੈਠੇ ਰਹਿੰਦੇ ਫਿਰ ਮੰਜੇ ਦੇ ਉੱਤੇ।